ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਮੂਹ ਵੀਰਾਂ ਨੂੰ ਅਤੇ ਪੰਜਾਬ ਸਰਕਾਰ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਹੋਣਾ ਕਿ ਕੱਲ੍ਹ ਜੋ ਕੁਛ ਕੀਤਾ ਸਾਰਾ ਕੁਛ ਸਰਕਾਰ ਨੇ ਕੀਤਾ ਮਿਲ ਜੁਲ ਕੇ। ਜੋ ਰਾਜਪੁਰੇ ਦੇ ਵਿੱਚ ਹੋਇਆ ਹੈ, ਸਭ ਤੋਂ ਪਹਿਲਾਂ ਤਾਂ ਇਹਦੀ ਅਸੀਂ ਇਹ ਬੇਨਤੀ ਕਰਾਂਗੇ ਸਰਕਾਰ ਨੂੰ, ਘੱਟੋ ਘੱਟ ਪੰਜਾਬ ਸਰਕਾਰ ਨੂੰ ਇਸ ਗੱਲ ਦੀ ਸਮਝ ਹੋਣੀ ਚਾਹੀਦੀ ਹੈ ਕਿ ਜਦੋਂ ਸੰਯੁਕਤ ਮੋਰਚੇ ਵੱਲੋਂ ਇਹ ਐਲਾਨ ਹੋ ਚੁੱਕਿਆ ਹੈ ਕਿ ਬੀਜੇਪੀ ਨੂੰ ਦਾ ਵਿਰੋਧ ਕਰਨਾ ਹੈ ਸਾਰੇ ਥਾਵਾਂ ਦੇ ਉੱਤੇ, ਪੂਰਾ ਦੇਸ਼ ਦੇ ਅੰਦਰ ਬੀਜੇਪੀ ਦਾ ਵਿਰੋਧ ਹੋ ਰਿਹਾ ਹੈ, ਤਾਂ ਉਹਨਾਂ ਹਾਲਾਤਾਂ ਦੇ ਵਿੱਚ ਘੱਟੋ ਘੱਟ ਸਾਡੀ ਪੰਜਾਬ ਸਰਕਾਰ ਦਾ ਔਰ ਸਾਡੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਜਦੋਂ ਬੀਜੇਪੀ ਨੇ ਇਹ ਪ੍ਰੋਗਰਾਮ ਉਲੀਕਿਆ ਉਦੋਂ ਘੱਟੋ ਘੱਟ ਉਸ ਪ੍ਰੋਗਰਾਮ ਨੂੰ, ਮਤਲਬ ਉਹਨਾਂ ਦੇ ਨੂੰ ਕੈਂਸਲ ਕਰਵਾਉਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ। ਇੱਕ ਗੱਲ। ਨੰਬਰ 2, ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਬੀਜੇਪੀ ਦੇ ਨੇਤਾ ਹਰਜੀਤ ਗਰੇਵਾਲ ਜੀ ਜਾਂ ਕੁਝ ਹੋਰ ਨੇਤਾ ਕਿਸ ਤਰ੍ਹਾਂ ਦੀ ਕੌੜੀ ਭਾਸ਼ਾ ਬੋਲ ਕੇ, ਮੰਦੀ ਭਾਸ਼ਾ ਬੋਲ ਕੇ ਲੋਕਾਂ ਦੇ ਮਨ ਦੇ ਵਿੱਚ ਗੁੱਸਾ ਭਰ ਰਹੇ ਨੇ, ਔਰ ਉਸੇ ਹੀ ਸ਼ਹਿਰ ਦੇ ਵਿੱਚ ਪ੍ਰੋਗਰਾਮ ਰੱਖਿਆ ਜਾ ਰਿਹਾ ਹੈ। ਕੀ ਪ੍ਰਸ਼ਾਸਨ ਦੀ ਇਹਨੂੰ ਇਸ ਗੱਲ ਦਾ ਧਿਆਨ ਨਹੀਂ ਸੀ ਕਿ ਇਹ ਸ਼ਹਿਰ ਦੇ ਵਿੱਚ ਲੋਕਾਂ ਦੇ ਅੰਦਰ ਵੀ ਗੁੱਸਾ ਹੈ ਔਰ ਨਾਲ ਦੀ ਨਾਲ ਜੋ ਇਹਨਾਂ ਆਪਣਾ ਇਹਨਾਂ ਵੱਲੋਂ ਬੋਲਿਆ ਜਾ ਰਿਹਾ ਸ਼ਬਦਾਵਲੀ ਜਾਂ ਜਥੇਬੰਦੀਆਂ ਵੱਲੋਂ ਇਹਨੂੰ ਵਾਰਨਿੰਗ ਦਿੱਤੀ ਹੋਈ ਹੈ, ਐਲਾਨ ਕੀਤਾ ਹੋਇਆ ਕਿ ਅਸੀਂ ਇਹਨਾਂ ਦੇ ਪ੍ਰੋਗਰਾਮ ਨਹੀਂ ਹੋਣ ਦੇਣੇ, ਤਾਂ ਪ੍ਰਸ਼ਾਸਨ ਨੂੰ ਇਹਦੇ 'ਤੇ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ। ਦੂਜੀ ਗੱਲ, ਉਹਨਾਂ ਵੱਲੋਂ ਮੀਟਿੰਗ ਦੇ ਦੌਰਾਨ ਜਿਸ ਵੇਲੇ ਕਿਸਾਨਾਂ ਨੇ ਵਿਰੋਧ ਕੀਤਾ, ਉਸ ਵੇਲੇ ਇੱਕ ਉਹਨਾਂ ਦੇ ਮੁਲਾਜ਼ਮ ਵੱਲੋਂ, ਇਹਨਾਂ ਦੇ ਬੋਡੀਗਾਰਡ ਵੱਲੋਂ ਰਿਵਾਲਵਰ ਕੱਢ ਕੇ, ਹਥਿਆਰ ਕੱਢ ਕੇ ਲੋਕਾਂ 'ਤੇ ਲਹਿਰਾਇਆ ਗਿਆ, ਲੋਕਾਂ 'ਤੇ ਤਾਣਿਆ ਗਿਆ। ਕੀ ਗੱਲ ਵੀ ਉਹ ਪੰਜਾਬ ਸਰਕਾਰ ਨੂੰ ਨਜ਼ਰ ਨਹੀਂ ਆਇਆ ਜਾਂ ਉਹ ਸਾਡੇ ਪਟਿਆਲੇ ਦੇ ਪ੍ਰਸ਼ਾਸਨ ਨੂੰ ਨਜ਼ਰ ਨਹੀਂ ਆਇਆ? ਇਸ ਤੋਂ ਵੀ ਗਾਹਾਂ ਉਹਨਾਂ ਨੇ ਇੱਕ ਮੈਸੇਜ ਪਾਇਆ, ਮੈਸੇਜ ਬੀਜੇਪੀ ਵਾਲਿਆਂ ਨੇ, ਉਸ ਮੈਸੇਜ ਦੇ ਵਿੱਚ ਵਾਰਨਿੰਗ ਦਿੱਤੀ ਹੈ, ਚੈਲੰਜ ਕੀਤਾ ਕਿਸਾਨਾਂ ਨੂੰ ਕਿ ਅਸੀਂ ਮੀਟਿੰਗ ਕਰਨ ਲੱਗੇ ਹਾਂ, ਆਓ ਜੇ ਕਿਸੇ ਨੇ ਆਉਣਾ ਤਾਂ ਰੋਕ ਕੇ ਵਿਖਾਵੇ। ਕੀ ਉਹ ਪ੍ਰਵੋਕ ਕਰਨ ਵਾਲੀ ਗੱਲ ਨਹੀਂ? ਕੀ ਲੋਕਾਂ ਨੂੰ ਭੜਕਾਉਣ ਵਾਲੀ ਗੱਲ ਨਹੀਂ? ਉਹ ਸਮਾਜ ਨਾਲ ਸਾਰੇ ਮਾਮਲਿਆਂ ਨੂੰ ਧਿਆਨ 'ਚ ਰੱਖ ਕੇ ਮਾਮਲਾ ਦਰਜ ਕਰਨਾ ਬਣਦਾ ਸੀ, ਪਰਚਾ ਦਰਜ ਕਰਨਾ ਬਣਦਾ ਸੀ ਉਹਨਾਂ ਲੋਕਾਂ 'ਤੇ ਜਿਨ੍ਹਾਂ ਨੇ ਸਾਰੇ ਮਾਹੌਲ ਨੂੰ ਜਾਣ ਬੁੱਝ ਕੇ ਵਿਰਾਨ ਕੀਤਾ, ਖਰਾਬ ਕੀਤਾ ਹੈ। ਲਗਾਤਾਰ ਹਰਜੀਤ ਗਰੇਵਾਲ ਕਿੰਨਾ ਬਕਵਾਸ ਕਰਦਾ ਆ ਰਿਹਾ, ਸਾਡੀਆਂ ਕਿਸਾਨ ਜਥੇਬੰਦੀਆਂ ਦੇ ਖਿਲਾਫ਼, ਕਿਸਾਨਾਂ ਦੇ ਖਿਲਾਫ਼, ਕਿਸਾਨਾਂ ਨੂੰ ਚੋਰ ਦੱਸਦਾ ਹੈ, ਕਿਸਾਨਾਂ ਨੂੰ ਡਾਕੂ ਦੱਸਦਾ ਹੈ, ਕਿਸਾਨਾਂ ਨੂੰ ਅੱਤਵਾਦੀ ਦੱਸਦਾ ਹੈ। ਲੇਕਿਨ ਇਹਨਾਂ ਗੱਲਾਂ ਦੇ ਉੱਤੇ ਕੋਈ ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ, ਕੋਈ ਇਹਨੂੰ ਰੋਕਿਆ ਨਹੀਂ ਜਾ ਰਿਹਾ ਕਿ ਤੂੰ ਕਿਉਂ ਪੰਜਾਬ ਦਾ ਮਾਹੌਲ ਖਰਾਬ ਕਰਦਾ, ਕਿਉਂ ਲੋਕਾਂ ਨੂੰ ਪ੍ਰਵੋਕ ਕਰਦਾ, ਕਿਉਂ ਲੋਕਾਂ ਨੂੰ ਗੁੱਸਾ ਦਿੰਦਾ ਹੈ, ਔਰ ਉਸ ਗੁੱਸੇ ਦਾ ਸਿੱਟਾ ਹੈ ਜਿਹੜਾ ਇਹ ਕੁਛ ਹੋਇਆ ਹੈ। ਤਾਂ ਅੱਜ ਕੀ ਕਰਨਾ ਸ਼ੁਰੂ ਕਰਤਾ? ਕਿਸਾਨ ਵਿਚਾਰੇ ਨਿਹੱਥੇ ਨੇ, ਸਰਕਾਰਾਂ ਪਤਾ ਸਾਨੂੰ ਇਸ ਗੱਲ ਦਾ ਕਿ ਸਰਕਾਰ ਚਾਹੇ ਬੀਜੇਪੀ ਦੀ ਕੇਂਦਰ ਚ ਹੈ, ਚਾਹੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ, ਸਭ ਮਿਲੀਆਂ ਨੇ, ਸਭ ਰਲੀਆਂ ਨੇ, ਇੱਕਜੁੱਟ ਨੇ ਸਾਰੀਆਂ, ਔਰ ਅੱਜ ਚੱਕ ਕੇ ਉਹਨਾਂ 'ਤੇ ਕਾਰਵਾਈ ਕਰਨ ਨਾ ਕਰਨਾ ਔਰ ਕਿਸਾਨਾਂ ਦੇ ਪਰਚੇ ਦਰਜ ਕਰ ਦੇਣੇ। 150 ਕਿਸਾਨ 'ਤੇ ਪਰਚਾ ਦਰਜ ਕਰਤਾ, 150 ਕਿਸਾਨ 'ਤੇ ਪਰਚਾ ਨਹੀਂ ਇਕੱਲਾ ਦਰਜ ਕਰਤਾ, ਲਗਭਗ 30-35 ਕਿਸਾਨ ਚੱਕ ਕੇ ਜੇਲ੍ਹਾਂ ਥਾਣੇ ਦੇ ਵਿੱਚ ਬੰਦ ਕਰਤੇ। ਕੀ ਇਹਨੂੰ ਠੀਕ ਸਮਝਾਂਗੇ ਅਸੀਂ? ਇਹ ਠੀਕ ਨਹੀਂ ਹੋ ਰਿਹਾ। ਪੰਜਾਬ ਸਰਕਾਰ ਨੂੰ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਦੇਖੋ ਅੱਜ ਸਾਡੀ ਲੜਾਈ ਦਿੱਲੀ ਨਾਲ ਹੈ, ਕਿਸਾਨ ਦਿੱਲੀ ਨਾਲ ਟੱਕਰ ਲਈ ਬੈਠੇ ਆ, ਤੁਸੀਂ ਮੋਰਚਾ ਪੰਜਾਬ ਦੇ ਵਿੱਚ ਸ਼ੁਰੂ ਕਰਾਉਣ ਲੱਗੇ ਹੋ, ਅਗਰ ਅਜਿਹਾ ਕੁਛ ਹੋਏਗਾ ਤਾਂ ਫਿਰ ਕੀ ਪਟਿਆਲੇ ਦੇ ਵਿੱਚ ਮੋਰਚਾ ਨਹੀਂ ਲੱਗੇਗਾ? ਇਹੀ ਕਿਸਾਨ ਪਟਿਆਲੇ ਵੀ ਆਉਣ ਜਾਣਦੇ ਆ, ਸਮੁੱਚੇ ਪੰਜਾਬ ਨੂੰ ਇੱਕ ਕੌਲ ਦੇਣ ਦੀ ਦੇਰ ਹੈ, ਸਮੁੱਚਾ ਪੰਜਾਬ ਕੌਲ ਪਾ ਕੇ ਪਟਿਆਲੇ ਨੂੰ ਘੇਰ ਲਏਗਾ, ਫਿਰ ਕੀ ਹੋਏਗਾ? ਸੋ ਇਸ ਕਰਕੇ ਸਾਡੀ ਅਪੀਲ ਆ ਸਰਕਾਰ ਨੂੰ ਔਰ ਚੇਤਾਵਨੀ ਵੀ ਹੈ ਕਿ ਇਹ ਕੰਮ ਬੰਦ ਕਰੇ, ਕਿਸਾਨਾਂ ਦੇ ਪਾਏ ਪਰਚੇ ਰੱਦ ਕਰੇ ਔਰ ਉਹਨਾਂ ਬੰਦਿਆਂ ਦੇ ਪਰਚੇ ਦਰਜ ਕਰਨੇ ਬਣਦੇ ਆ ਜਿਨ੍ਹਾਂ ਨੇ ਰਿਵੋਲਵਰ ਰਖਾਇਆ, ਜਿਨ੍ਹਾਂ ਨੇ ਉਹ ਮੈਸੇਜ ਦੇ ਕੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਆਓ ਜੋ ਕੁਛ ਕਰਨਾ, ਜਿਹਨੇ ਕਿਸੇ ਨੇ ਸਾਨੂੰ ਰੋਕਣਾ ਰੋਕ ਲਏ, ਅਸੀਂ ਮਤਲਬ ਮੀਟਿੰਗ ਕਰਾਂਗੇ। ਇਹੋ ਜਿਹਾ ਕੁਛ ਹੋ ਰਿਹਾ, ਉਹ ਧਿਆਨ 'ਚ ਨਹੀਂ ਸਰਕਾਰ ਦੇ, ਉਹ ਧਿਆਨ 'ਚ ਨਹੀਂ ਪ੍ਰਸ਼ਾਸਨ ਦੇ ਔਰ ਸਾਡੇ ਕਿਸਾਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾ ਰਿਹਾ। ਅਜਿਹੀ ਧੱਕੇਸ਼ਾਹੀ ਕਦੇ ਬਰਦਾਸ਼ਤ ਨਹੀਂ ਕਰਾਂਗੇ। ਅਸੀਂ ਡਟ ਕੇ ਮਤਲਬ ਆਪਣੇ ਕਿਸਾਨਾਂ ਦੇ ਨਾਲ ਖੜੇ ਹਾਂ, ਪੂਰਾ ਸੰਯੁਕਤ ਮੋਰਚਾ ਕਿਸਾਨਾਂ ਦੇ ਨਾਲ ਖੜਾ, ਸਰਕਾਰ ਇਹ ਤੋਂ ਪਿੱਛੇ ਹਟੇ ਨਹੀਂ ਤਾਂ ਇਹ ਮੋਰਚਾ ਫਿਰ ਦਿੱਲੀ ਦੀ ਬਜਾਏ ਹੋ ਸਕਦਾ ਸਾਨੂੰ ਪੰਜਾਬ 'ਚ ਵੀ ਲਾਉਣਾ ਪੈ, ਤਾਂ ਪੰਜਾਬ 'ਚ ਵੀ ਲਾਵਾਂਗੇ, ਪਿੱਛੇ ਨਹੀਂ ਹਟਾਂਗੇ।